ਪੰਜਾਬੀ ਇੰਸਟਾਗ੍ਰਾਮਰ ਦੀਪ ਸਰਦਾਰਨੀ ਦੇ ਫੈਨਸ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਜੀ ਹਾਂ, ਦੀਪ ਸਰਦਾਰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਕੁ ਵੀਡੀਓਜ਼ ਸਾਡੇ ਨਾਲ ਸ਼ੇਅਰ ਕੀਤੀਆਂ ਨੇ, ਜਿਨ੍ਹਾਂ ਵੀਡੀਓਜ਼ ਦੇ ਵਿੱਚ ਉਹ ਆਪਣੇ ਹਸਬੈਂਡ ਗੁਰਦੀਪ ਦੇ ਨਾਲ ਦਿਖਾਈ ਦੇ ਰਹੀ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਦੀਪ ਸਰਦਾਰਨੀ ਦਾ ਹਸਬੈਂਡ ਗੁਰਦੀਪ ਤਾਂ ਆਸਟ੍ਰੇਲੀਆ ਚਲਾ ਗਿਆ ਸੀ, ਜਾਂ ਫਿਰ ਦੀਪ ਸਰਦਾਰਨੀ ਨੇ ਇਹ ਪੁਰਾਣੀ ਵੀਡੀਓ ਪੋਸਟ ਕੀਤੀ ਹੋਏਗੀ। ਤਾਂ ਤੁਹਾਨੂੰ ਦੱਸ ਦਈਏ ਕਿ ਫਾਈਨਲੀ ਦੀਪ ਸਰਦਾਰਨੀ ਵੀ ਇੰਡੀਆ ਨੂੰ ਛੱਡ ਕੇ ਆਸਟ੍ਰੇਲੀਆ ਚਲੀ ਗਈ ਹੈ। ਹਾਲ ਹੀ ਵਿੱਚ ਉਸ ਨੇ ਆਪਣੇ ਪਤੀ ਗੁਰਦੀਪ ਦੇ ਨਾਲ ਏਅਰਪੋਰਟ ਦੀਆਂ ਕੁਝ ਕੁ ਵੀਡੀਓਜ਼ ਸਾਡੇ ਨਾਲ ਸ਼ੇਅਰ ਕੀਤੀਆਂ ਨੇ, ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਕਿ ਫਾਈਨਲੀ ਆਸਟ੍ਰੇਲੀਆ ਪਹੁੰਚ ਚੁੱਕੇ ਹਾਂ। ਤੁਹਾਨੂੰ ਦੱਸ ਦਈਏ ਕਿ ਕੁਝ ਕੁ ਮਹੀਨੇ ਪਹਿਲਾਂ ਹੀ ਦੀਪ ਸਰਦਾਰਨੀ ਅਤੇ ਗੁਰਦੀਪ ਦੀ ਮੈਰਿਜ ਹੋਈ ਸੀ, ਜਦਕਿ ਗੁਰਦੀਪ ਮੈਰਿਜ ਕਰਵਾਉਣ ਦੇ ਲਈ ਆਸਟ੍ਰੇਲੀਆ ਤੋਂ ਵਾਪਸ ਆਏ ਸਨ ਅਤੇ ਇਹਨਾਂ ਦੀ ਮੈਰਿਜ ਕਾਫ਼ੀ ਚਰਚਾ ਵਿੱਚ ਰਹੀ ਸੀ। ਆਪਣੀ ਮੈਰਿਜ ਤੋਂ ਇੱਕ ਮਹੀਨਾ ਬਾਅਦ ਗੁਰਦੀਪ ਵਾਪਸ ਆਸਟ੍ਰੇਲੀਆ ਚਲੇ ਗਏ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਦੀਪ ਸਰਦਾਰਨੀ ਵੀ ਜਲਦ ਹੀ ਆਸਟ੍ਰੇਲੀਆ ਪਹੁੰਚ ਜਾਣਗੇ। ਤੇ ਫਾਈਨਲੀ ਅੱਜ ਦੀਪ ਸਰਦਾਰਨੀ ਆਸਟ੍ਰੇਲੀਆ ਆਪਣੇ ਹਸਬੈਂਡ ਦੇ ਕੋਲ ਪਹੁੰਚ ਚੁੱਕੇ ਨੇ। ਦੀਪ ਸਰਦਾਰਨੀ ਤੇ ਗੁਰਦੀਪ ਦੇ ਚਿਹਰੇ ਤੇ ਸਮਾਈਲ ਸਾਫ਼ ਦੇਖੀ ਜਾ ਸਕਦੀ ਹੈ। ਦੋਨੋਂ ਇੱਕ ਦੂਜੇ ਨੂੰ ਮਿਲ ਕੇ ਕਾਫ਼ੀ ਜ਼ਿਆਦਾ ਖੁਸ਼ ਦਿਖਾਈ ਦੇ ਰਹੇ ਨੇ। ਵੈਲ, ਤੁਸੀਂ ਵੀ ਇਸ ਮੌਕੇ ਤੇ ਦੀਪ ਸਰਦਾਰਨੀ ਨੂੰ ਕੰਗਰੈਚੁਲੇਟ ਜ਼ਰੂਰ ਕਰਨਾ ਐਂਡ ਨਾਲ ਹੀ ਉਹਨਾਂ ਨੂੰ ਨਵੀਂ ਲਾਈਫ ਦੇ ਲਈ ਬਲੈਸਿੰਗ ਦੇਣੀਆਂ ਨਾ ਭੁੱਲਣਾ। ਆਪਾਂ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।